ਪੂਰਾ ਪਾਇਆ ਪੂਰੇ ਕੇ ਗੁਣ ਗਾਓ 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 ਸਤਿਕਾਰ ਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਤਸੰਗ ਜੀਓ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਜਿੱਥੇ ਆਪਣੀ ਜ਼ਿੰਦਗੀ ਦੀਆਂ ਅਮੋਲਿਕ ਘੜੀਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਫਲਿਆ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ ਰਹੇ ਹੋ ਉੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਤੇ ਰਹਿਮਤ ਦੇ ਸਦਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੁਰਗੱਦੀ ਦਿਵਸ ਅਤੇ ਸੱਚਖੰਡ ਗਮਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇਸ ਪਵਿੱਤਰ ਦਿਹਾੜੇ ਨੂੰ ਗੁਰੂ ਦੀ ਸੰਗਤ ਗੁਰੂ ਚਰਨਾਂ ਵਿੱਚ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਖਾਲਸਾ ਜੀ, ਸਮੁੰਦਰ ਦੀ ਗਹਿਰਾਈ ਮਾਪੀ ਜਾ ਸਕਦੀ, ਤਾਰਿਆਂ ਦੀ ਗਿਣਤੀ ਕੀਤੀ ਜਾ ਸਕਦੀ ਹੈ, ਬਨਸਪਤੀ ਦੀ ਗਿਣਤੀ ਹੋ ਸਕਦੀ ਹੈ, ਦੁਨੀਆਂ ਦੇ ਪੰਛੀਆਂ ਜਾਨਵਰਾਂ
ਕੀੜਿਆਂ ਦੀ ਗਿਣਤੀ ਹੋ ਸਕਦੀ ਹੈ, ਬੰਦਿਆਂ ਦੀ ਗਿਣਤੀ ਹੋ ਸਕਦੀ ਹੈ, ਸੋਨੇ ਦੀਆਂ ਖਾਲਾਂ ਮਾਪੀਆਂ ਜਾ ਸਕਦੀਆਂ ਨੇ, ਪਹਾੜ ਤੋਲੇ ਜਾ ਸਕਦੇ ਨੇ, ਪਰ ਧੰਨ ਧੰਨ ਸਤਿਗੁਰ ਗੁਰੂ ਗੋਬਿੰਦ ਸਮਰ ਦੇ ਪਰ ਉਪਕਾਰਾਂ ਦੀ ਗਿਣਤੀ ਕਰਨੀ ਨਾਮੁਮਕਿਨ ਹੈ, ਮੁਸ਼ਕਲ ਹੈ। ਭਾਗਾਂ ਵਾਲਿਓ ਧਿਆਨ ਦੇਣਾ ਪਵੇਗਾ, ਜਦੋਂ ਤੂੰ ਲੈ ਕੇ ਸ੍ਰਿਸ਼ਟੀ ਬਣੀ ਸੰਸਾਰ ਬਣਿਆ, ਕੀ ਸਿਫਤਾਂ ਕਰੀਏ ਕਲਗੀਧਰ ਪਾਤਸ਼ਾਹ ਜੀ ਦੀਆਂ, ਪਰ ਕਰਦੇ ਤਾਂ ਭਾਗਾਂ ਵਾਲੇ ਨੇ, ਭਾਗੇ ਪੁਰਸ਼ ਨਹੀਂ ਕਰ ਸਕਿਆ ਕਰਦੇ। ਜਿਸ ਨੂੰ ਬਖਸ਼ੇ ਸਿਰ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਕੀ ਸਿਫਤਾਂ ਕਰੀਏ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ, ਇੱਕ ਹੋਵੇ ਦੋ ਹੋਵੇ ਤਾਂ ਕੀਤੀ ਜਾ ਸਕਦੀ ਹੈ। ਸਾਧ ਸੰਗਤ ਜੀ ਇਹ ਤੁੱਚ ਜੀ ਜਵਾਨ ਭਲਾ ਸਮਰੱਥ ਦੀ ਸਮਰੱਥ ਸਤਿਗੁਰੂ ਪਾਤਸ਼ਾਹ ਜੀ ਦੀ ਇਹ ਤੁਛ ਜੀ ਜਵਾਨ ਸਿਰਦ ਕੀ ਕਰ ਸਕਦੀ, ਫਿਰ ਰਹੀ ਗੱਲ ਸਮਰੱਥ ਨੂੰ ਅਲਪੱਗ ਸਮਝ ਵੀ ਕੀ ਸਕਦਾ ਹੈ। ਜਦੋਂ ਤੋਂ ਲੈ ਕੇ ਸ੍ਰਿਸ਼ਟੀ ਬਣੀ ਸੰਸਾਰ ਹੋਂਦ ਵਿੱਚ ਆਇਆ ਹੈ, ਇਸ ਮਾਤ ਲੋਕ ਦੀ ਧਰਤੀ ਤੇ ਖਾਲਸਾ ਜੀ ਰੁਪਈਏ ਦਾਨ ਕਰਦੇ, ਬਹੁਤ ਵੱਡੇ ਵੱਡੇ ਦਾਨੀ ਦੇਖੇ ਨੇ, ਚਾਂਦੀ ਦਾਨ ਕਰਦੇ, ਸੋਨਾ ਦਾਨ ਕਰਦੇ, ਜ਼ਮੀਨਾਂ ਦਾਨ ਕਰਦੇ, ਹੀਰੇ ਲਾਲ ਜਵਾਹਰਾਤ ਦਾਨ ਕਰਦੇ, ਕਿੱਥੋਂ ਤੱਕ ਕੀ ਗੱਲ ਕਹੀ ਜਾਏ, ਮੁੱਕ ਦੀ ਗੱਲ ਕੀ, ਕੱਪੜਾ ਲੱਤਾ ਦਾਨ ਕਰਦੇ, ਹੀਰੇ ਲਾਲ ਜਵਾਹਰਾਤ ਦਾਨ ਕਰਦੇ, ਬੜੇ ਬੜੇ ਵੱਡੇ ਦਾਨੀ ਦੇਖੇ ਨੇ। ਪਰ ਖਾਲਸਾ ਜੀ ਜਦੋਂ ਤੋਂ ਲੈ ਕੇ ਸ੍ਰਿਸ਼ਟੀ ਬਣੀ ਹੈ, ਕੋਈ ਕੀ ਦਾਨ ਕਰ ਦੂਗਾ, ਕੀ ਕਲਗੀਧਰ ਪਾਤਸ਼ਾਹ ਜੀ ਦੀ ਤਰ੍ਹਾਂ ਕਿਸੇ ਨੇ ਆਪਣੇ ਆਪਣਾ ਬਾਪੂ ਦਾਨ ਕਰਦੇ ਵੀ ਵੇਖਿਆ ਕਿਸੇ ਨੂੰ, ਖਾਲਸਾ ਜੀ ਗੁਰੂ ਗੋਬਿੰਦ ਸਮਰ ਦੀ ਤਰ੍ਹਾਂ ਕਿਸੇ ਨੂੰ ਆਪਣਾ ਬਾਪੂ ਦਾਨ ਕਰਦੇ ਵੀ ਦੇਖਿਆ? ਅਕਸਰ ਨਿਤ ਰੋਜ਼ ਕੀਰਤਨਾਂ ਦੇ ਵਿੱਚ ਵਿਚਾਰ ਆਉਂਦੀ ਹੈ, ਖਾਲਸਾ ਜੀ ਹਜ਼ਾਰਾਂ ਮੰਗਤੇ ਸੜਕਾਂ ਤੇ ਮੰਗਦੇ ਹਨ, ਰੇਲਵੇ ਸਟੇਸ਼ਨਾਂ ਤੇ ਮੰਗਦੇ ਨੇ, ਵੀ ਯਾਰਾਂ ਤੇ ਮੰਗਦੇ ਹਨ। ਵੱਡੇ ਤੋਂ ਵੱਡਾ ਦਾਨੀ ਵੀ ਕਈ ਵਾਰੀ ਉਕਤਾ ਕੇ ਕਿਸੇ ਭਿਖਾਰੀ ਜਾਂ ਮੰਗਤ ਨੂੰ ਕਹਿ ਦਿੰਦਾ, ਤੇਰਾ ਹੱਟਾ ਗੱਟਾ ਸਰੀਰ ਹੈ, ਕੰਮ ਕਰਕੇ ਰੋਟੀ ਖਾਇਆ ਕਰਨਾ, ਐਸੇ ਦਰ ਬਦਰ ਮੰਗਤਾ ਫਿਰਦਾ ਹੈ, ਦੋ ਚਾਰ ਜਾਂ ਪੰਜ ਦਸ ਪੈਸੇ ਕਿਸੇ ਮੰਗਤੇ ਜਾਂ ਭਿਖਾਰੀ ਨੂੰ ਦੇਣ ਤੋਂ ਵੱਡੇ ਬੰਦੇ ਗੁਰੇਜ ਕਰ ਜਾਂਦੇ ਨੇ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਸ਼ਮੀਰ ਤੋਂ ਚੱਲ ਕੇ ਆਏ, ਕਸ਼ਮੀਰ ਦੇ ਪੰਡਤਾਂ ਨੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਅਨੰਦਪੁਰ ਦੀ ਪਾਵਨ ਪਵਿੱਤਰ ਧਰਤੀ ਤੇ ਪੁੱਜ ਕੇ ਬਾਹਾਂ ਉੱਚੀਆਂ ਫੈਲਾਉਂਦੇ ਹਾਂ ਦਾ ਨਾਰਾ ਮਾਰਿਆ ਸੀ, ਗਰੀਬ ਨਵਾਜ ਸਾਡੇ ਡੁੱਬੇ ਜਾਂਦੇ, ਹਿੰਦੂ ਧਰਮ ਦੀ ਰੱਖਿਆ ਕਰੋ। ਖਾਲਸਾ ਜੀ ਕਸ਼ਮੀਰ ਦੇ ਪੰਡਤਾਂ ਦੇ ਹਾਂ ਦਾ ਨਾਰਾ ਮਾਰਨ ਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਨੇ ਆਪਣਾ ਸੀਸ ਕਸ਼ਮੀਰ ਦੇ ਪੰਡਤਾਂ ਦੀ ਝੋਲੀ ਵਿੱਚ ਦਾਨ ਵਜੋਂ ਪਾ ਦਿੱਤਾ। ਖਾਲਸਾ ਜੀ ਇੱਥੇ ਬਸ ਨਹੀਂ, ਮਾਫ ਕਰਨਾ, ਗੁਰੂ ਸਾਹਿਬ ਦੀ ਤਰ੍ਹਾਂ ਕਿਸੇ ਨੂੰ ਆਪਣਾ ਬਾਪੂ ਦਾਨ ਕਰਦੇ ਵੇਖਿਆ? ਇਹਦੂ ਅੱਗੇ ਕੀ ਕਿਸੇ ਨੂੰ ਆਪਣਾ ਆਪਣੇ ਪੁੱਤਰ ਦਾਨ ਕਰਦੇ ਵੇਖਿਆ? ਕਿਹੋ ਜਿਹਾ ਪਿਤਾ ਕੁਰਬਾਨ ਕੀਤਾ? ਭਾਰਤ ਦੇ ਲੋਕੋ ਸਾਡੇ ਤੋਂ ਜੇ ਸਾਰੀ ਦੁਨੀਆਂ ਦੇ ਪਿਤਾ ਇਕੱਠੇ ਕਰਦੇ ਜਾਣ ਕਰ ਦਿੱਤੇ ਜਾਣ, ਸਾਰੀ ਦੁਨੀਆਂ ਦੇ ਲੋਕਾਂ ਦੇ ਪਿਓ ਇਕੱਠੇ ਕਰ ਦਿੱਤੇ ਜਾਣ, ਪਿਤਾ ਇਕੱਠੇ ਕਰ ਦਿੱਤੇ ਜਾਣ, ਗੁਰੂ ਕੀ ਸੰਗਤ ਸਾਰੀ ਦੁਨੀਆਂ ਦੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਵਰਗੇ ਤਾਂ ਕੀ ਬਣਨੇ ਹਨ? ਸਾਰੀ ਦੁਨੀਆਂ ਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਜੋੜੇ ਵਰਗੇ ਨਹੀਂ ਬਣ ਸਕਦੇ। ਇਹੋ ਜਿਹਾ ਪਿਤਾ ਕੁਰਬਾਨ ਕੀਤਾ,
ਜਿਸ ਦੇ ਚਰਨਾਂ ਦੇ ਜੋੜੇ ਵਰਗੇ ਸਾਰੀ ਦੁਨੀਆਂ ਦੇ ਲੋਕਾਂ ਦੇ ਪਿਤਾ ਨਹੀਂ ਬਣ ਸਕਦੇ ਤੇ ਮਾਫ ਕਰਨਾ ਇਹੋ ਜਿਹੇ ਪੁੱਤਰ ਕੁਰਬਾਨ ਕੀਤੇ ਕਿਹੋ ਜੇ ਸਾਰੀ ਦੁਨੀਆਂ ਦੇ ਲਾਇਕ ਤੋਂ ਲਾਇਕ ਪੁੱਤਰ ਇਕੱਠੇ ਕਰ ਦਿੱਤੇ ਜਾਣ ਕਲਗੀਧਰ ਪਾਤਸ਼ਾਹ ਜੀ ਦੇ ਮਾਫ ਕਰਨਾ ਇੱਕ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਵਰਗੇ ਸਾਰੀ ਦੁਨੀਆਂ ਦੇ ਲੋਕਾਂ ਦੇ ਪੁੱਤਰ ਨਹੀਂ ਬਣ ਸਕਦੇ ਚਾਰ ਪੁੱਤਰਾਂ ਵਰਗਾ ਤਾਂ ਬਣਨਾ ਨਾ ਮੁਮਕਣ ਮੁਸ਼ਕਲ ਹੈ ਇਹੋ ਜਿਹਾ ਪਿਤਾ ਵਾਰੇ ਆ ਜਿਸ ਦੇ ਪਿਤਾ ਦਾ ਮੁਕਾਬਲਾ ਸਾਰੀ ਦੁਨੀਆਂ ਦੇ ਪਿਓ ਨਹੀਂ ਕਰ ਸਕਦੇ ਇਹੋ ਜਿਹੇ ਪੁੱਤ ਕੁਰਬਾਨ ਕੀਤੇ ਜਿਹਦੇ ਪੁੱਤਾਂ ਵਰਗੇ ਜਿਹਦੇ ਇੱਕ ਪੁੱਤ ਵਰਗਾ ਸਾਰੀ ਦੁਨੀਆਂ ਦੇ ਪੁੱਤਰ ਨਹੀਂ ਬਣ ਸਕਦੇ ਸਾਧ ਸਿੰਘ ਜੀ ਇਸੇ ਕਰਕੇ ਕਿਹਾ ਨਾ ਇਹ ਤਾਂ ਤਿੰਨ ਪੁੱਤਰ ਲੱਗੇ ਸੀਸ ਪਰ ਪਿਤਾ ਵਾਰ ਦਿੱਤਾ ਖਾਲਸਾ ਜੀ ਕਿਹਦੇ ਬਦਲੇ ਪੁੱਤਰ ਵਾਰ ਦਿੱਤੇ ਕਿਹਦੇ ਬਦਲੇ ਸਾਧ ਸੰਗਤ ਮੇਰਾ ਪਰਿਵਾਰ ਉਜੜ ਜਾਏ ਮੇਰਾ ਪਿਤਾ ਸ਼ਹੀਦ ਹੋ ਜਾਏ ਮੇਰੇ ਪੁੱਤ ਸ਼ਹੀਦ ਹੋ ਜਾਣ ਮੇਰਾ ਭਾਰਤ ਵਸਦਾ ਰਹੇ ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਜੀ ਮਾਫ ਕਰਨਾ ਬੜੇ ਬੜੇ ਦਾਨੀ ਦੇਖੇ ਨੇ ਕੀ ਕਿਸੇ ਨੂੰ ਵੇਖਿਆ ਆਪਣਾ ਪਿਤਾ ਦਾਨ ਕਰਦੇ ਕੀ ਕਿਸੇ ਨੂੰ ਵੇਖਿਆ ਆਪਣੇ ਪੁੱਤਰ ਦਾਨ ਕਰਦੇ ਇੱਕ ਵਾਰੀ ਪੜ੍ਹਨਾ ਕਰੋ ਖਾਲਸਾ ਜੀ ਕੋਈ ਨਾ ਕਰੇਗਾ ਤੇਰੀਆਂ ਰੀਸਾਂ ਦਾਨੀਆਂ ਪੁੱਤਰਾਂ ਕਰੇਗਾ ਤੇਰੀਆਂ ਰੀਸਾਂ ਦਾਨੀਆਂ ਪੁੱਤਰਾਂ
ਦੇ ਹੱਦ ਕਰਵੇ। ਗੁਰਦੁਆਰਾ ਚਮਕੌਰ ਸਾਹਿਬ ਦੇ ਅੱਗੇ ਕਦੇ ਦਰਸ਼ਨ ਕਰਨ ਦਾ ਵਿਭਾਗ ਪ੍ਰਾਪਤ ਹੋਵੇ ਤਾਂ ਗੁਰਦੁਆਰਾ ਸਾਹਿਬ ਦੇ ਡਿਓੜੀ ਦੇ ਅੱਗੇ ਲਿਖਿਆ, ਦਰਸ਼ਕੋ ਕੇ ਦਰਸ਼ਨੋ ਕੇ ਲੀਏ, ਦਰਸ਼ਕੋ ਕੇ ਦਰਸ਼ਨੋ ਕੇ ਲੀਏ ਇੱਕ ਹੈ ਸਥਾਨ ਜਹਾਂ, ਖੁਦਾ ਕੇ ਨਾਮ ਪੇ, ਖੁਦਾ ਕੇ ਨਾਮ ਪੇ ਇੱਕ ਬਾਪ ਨੇ ਬੇਟੋ ਕੇ ਸਰ ਕਟਾਏ ਜਹਾਂ। ਭਾਰਤ ਵਸਦਾ ਰਹਿ, ਹਿੰਦੁਸਤਾਨ ਵਸਦਾ ਰਹਿ, ਮੈਂ ਉੱਜੜ ਜਾਵਾਂ। ਇਹ ਆਵਾਜ਼ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖਾਲਸਾ ਦੀ। ਮੈਂ ਕਰਨਾ ਅਫਸੋਸ ਕਿ ਅਸੀਂ ਗੁਰੂ ਦੇ ਕੀਤੇ ਪਰ ਉਪਕਾਰਾਂ ਨੂੰ ਭੁੱਲਦੇ ਜਾ ਰਹੇ। ਆਹ ਬਾਬਾ ਅਜੀਤ ਸਿੰਘ ਦਾ ਸ਼ਹੀਦੀ ਪਾਉਣ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਬਾਬਾ ਚੁੱਚਾ ਸਿੰਘ ਮਦਾਨੇ ਜੰਗ ਚ ਭੇਜਿਆ ਸੀ। ਅੱਖੀ ਵੇਖਦੇ ਸਨ ਕੋਈ ਅਜੀਤ ਦੀ ਛਾਤੀ ਵਿੱਚ ਤੀਰ ਮਾਰਦਾ ਸੀ, ਕਿਤੋਂ ਗੋਲੀ ਵੱਜਦੀ ਸੀ, ਕਿਤੋਂ ਬਰਸ਼ੀ, ਕਿਤੋਂ ਨੇਜਾ, ਕਿਤੋਂ ਕਿਸੇ ਪਾਸੋਂ ਕਿਰਪਾਨ ਦਾ ਵਾਰ ਹੁੰਦਾ ਸੀ। ਆਪਣੇ ਪੁੱਤਾਂ ਨੂੰ ਖਾਲਸਾ ਦੀ ਮੈਦਾਨੀ ਜੰਗ ਵਿੱਚ ਧਰਮ ਦੇਸ਼ ਤੇ ਕੌਮ ਤੋਂ ਕੁਰਬਾਨ ਹੁੰਦਾ ਵੇਖ ਕੇ ਕਲਗੀਆਂ ਵਾਲੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰ ਰਿਹਾ ਸਨ ਖਾਲਸਾ ਦੀ। ਆਹ ਸਤਿਗੁਰੂ ਵੇਖਦੇ ਗੜੀ ਤੇ ਖੜਕੇ ਹੁੰਦੀਆਂ ਸ਼ਹੀਦ ਜੋੜੀਆਂ, ਵੇਖਦੇ ਗੜੀ ਤੇ ਖੜਕੇ ਜੀ ਹੁੰਦੀਆਂ ਸ਼ਹੀਦ ਜੋੜੀਆਂ, ਸਤਿਗੁਰੂ ਵੇਖਦੇ ਗੜੀ ਤੇ ਸਤਿਗੁਰੂ ਵੇਖਦੇ ਘੜੀ ਤੇ ਖੜੀ ਕੇ ਹੁੰਦੀਆਂ ਸ਼ਹੀਦ ਜੋੜੀਆਂ।
ਬਖਸ਼ ਨੂੰ ਮਾਰਿਆ ਤੇ ਪ੍ਰਹਲਾਦ ਦੀ ਰੱਖਿਆ ਕੀਤੀ। ਜਿਹੜੀਆਂ ਖਾਲਸਾ ਦੀ ਸਰਹੱਦ ਦੀ ਖੋਲੀ ਦੁਆਰ ਵੱਲ ਖਾਲਸਾ ਦੇ ਸਿੱਖੀ ਕਾਗਜ਼ਾਂ ਚ ਨਹੀਂ, ਸਿੱਖੀ ਗ੍ਰੰਥਾਂ ਵਿੱਚ ਨਹੀਂ, ਸਿੱਖੀ ਕਿਤਾਬਾਂ ਵਿੱਚ ਨਹੀਂ। ਤੁਹਾਡੇ ਜਥਾਣੇ ਦੀਆਂ ਕਿਤਾਬਾਂ ਲਿਖਣ ਵਾਲੇ ਹੋ, ਇਹ ਕਿਤਾਬਾਂ ਲਿਖਣ ਤੋਂ ਪਹਿਲਾਂ ਪਹਿਲਾਂ ਗੁਰਦੁਆਰਾ ਚਾਂਦਨੀ ਚੌਕ ਦਿੱਲੀ ਦਾ ਦਰਸ਼ਨ ਕਰੋ। ਇਹ ਕਿਤਾਬਾਂ ਲਿਖਣ ਤੋਂ ਪਹਿਲਾਂ ਧਰਮ ਨਹੀਂ ਛੱਡਣਾ ਨਹੀਂ।
ਸ਼ੀਆ ਬਦਲੇ ਭਾਵੇਂ ਤਰਕਸਤਾਨ ਬਦਲੇ ਖਾਲਸਾ ਦੀ ਇਟਲੀ ਬਦਲੇ ਹਿੰਦੁਸਤਾਨ ਬਦਲੇ ਭਾਵੇਂ ਪਾਕਿਸਤਾਨ ਬਦਲੇ ਹਿੰਦੁਸਤਾਨ ਬਦਲੇ ਪਾਕਿਸਤਾਨ ਬਦਲੇ ਐਪਰ ਜਿੱਥੇ ਜਿੱਥੇ ਚਿਣੇ ਗਏ ਪੋਤਰੇ ਵਿੱਚ ਨਹੀਂ ਹਾਂ ਐਪਰ ਅਜੇ ਨਹੀਂ ਉਹ ਨਿਸ਼ਾਨ ਬਦਲੇ ਸਿੰਘਾਂ ਸਰਹੰਦ ਦੀ ਖੂਨੀ ਦੀਵਾਰ ਦੱਸਦੀ ਹੈ ਸਰਹੰਦ ਦੀ ਖੂਨੀ ਦੀਵਾਰ ਦੱਸਦੀ ਹੈ ਖਾਲਸਾ ਜੀ ਸਰਹੰਦ ਦੀ ਖੂਨੀ ਦੀਵਾਰ ਦੱਸਦੀ ਹੈ ਉਹ ਕਿਸੇ ਨੇ ਆਪਣੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਸਦੀਆਂ ਦੀ ਗੁਲਾਮੀ ਭਾਰਤ ਦੇ ਲੋਕਾਂ ਦੇ ਕੋਲੋਂ ਲਾਈ ਸੀ ਭਾਗਾਂ ਵਾਲਿਓ ਆਹ ਹਿੰਦੁਸਤਾਨ ਬਹੁਤ ਵੱਡਾ ਸੀ ਇੱਕ ਐਸਾ ਸਮਾਂ ਵੀ ਆਇਆ ਸੀ ਇਸ ਭਾਰਤ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਇੱਕ ਐਸਾ ਸਮਾਂ ਵੀ ਆਇਆ ਸੀ ਕੈਸਾ ਸੁਣਿਆ ਸੀ ਸੁਣਿਆ ਸੀ ਗੱਲ ਤੁਹਾਡੀ ਇਸ ਧਰਤੀ ਤੇ ਸੁਣਿਆ ਸੀ ਭਾਈ ਸਾਹਿਬ ਫਰਮਾਉਂਦੇ ਨੇ ਕੀ ਫਰਮਾਉਂਦੇ ਨੇ ਸੁਣਿਆ ਸੀ ਗੱਲ ਤੁਹਾਡੀ ਕੱਪੜੇ ਦੀਆਂ ਮੰਡੀਆਂ ਸਬਜ਼ੀਆਂ ਮੰਡੀਆਂ ਗੁੜ ਮੰਡੀਆਂ ਅਨਾਜ ਮੰਡੀਆਂ ਭੇਡਾਂ ਤੇ ਬੱਕਰੀਆਂ ਨੂੰ ਖਰੀਦਣ ਤੇ ਵੇਚਣ ਦੀਆਂ ਮੰਡੀਆਂ ਇਹ ਕੈਸਾ ਸਮਾਂ ਆਇਆ ਸੀ ਜਾਂ ਇਤਿਹਾਸ ਦੇ ਪੰਨਿਆਂ ਨੂੰ ਪੜ੍ਹ ਕੇ ਵੇਖੀਏ ਜਦੋਂ ਇਸ ਦੇਸ਼ ਦੀ ਇੱਜ਼ਤ ਟਕੇ ਟਕੇ ਤੇ ਵਿਕਦੀ ਸੀ ਗੱਲ ਤੁਹਾਡੀ ਗਾਂਝ ਖਾਲਸਾ ਦੀ ਭੇਡ ਜਾਂ ਬੱਕਰੀ ਦੀ ਕੀਮਤ 100 ਜਾਂ 150 ਰੁਪਈਆ ਪੈ ਜਾਂਦੀ ਸੀ ਸਾਡੇ ਦੇਸ਼ ਦੀ ਸਾਡੇ ਭਾਰਤ ਦੀ ਧੀ ਭੈਣ ਏਮਨਾਬਾਦ ਕਾਬਲ ਕੰਧਾਰ ਗਜਨਵੀ ਬਸ਼ਰੇ ਵਰਗੇ ਸ਼ਹਿਰਾਂ ਦੇ ਬਜ਼ਾਰਾਂ ਵਿੱਚ ਸਾਡੀਆਂ ਧੀਆਂ ਭੈਣਾਂ ਇਸ ਦੇਸ਼ ਦੀ ਇੱਜ਼ਤ ਟਕੇ ਟਕੇ ਤੇ ਵਿਕਦੀ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਉਦੋਂ ਬੜੇ ਬੈਠੇ ਸਨ ਕੌਣ ਕੌਣ ਜੋਗੀ ਜੱਤੀ ਸੰਨਿਆਸੀ ਖਾਲਸਾ ਦੀ ਸਿਰ
ਰੋਸ਼ਨੀ ਦੀ ਕੋਈ ਕੀਮਤ ਨਹੀਂ, ਤਾਰਿਆਂ ਦੀ ਰੋਸ਼ਨੀ ਕੋਈ ਮਾਇਨੇ ਨਹੀਂ ਰੱਖਦੀ। ਉਹ ਬੰਦਾ ਦੇ ਵੀਰੋ, ਇੱਧਰ ਤੁਹਾਡੀ ਝੂਠੀ ਦੀ ਸ਼ਕਤੀ ਨੇ ਕੀ ਕੰਮ ਕਰਨਾ ਸੀ? ਬੰਦਾ ਸ਼ਾਮਕ ਦਾ ਸਮਾਂ ਸੀ, ਸੈਰ ਕਰਨ ਵਾਸਤੇ ਗਿਆ ਸੀ। ਮਾਧੋ ਦਾਸ ਕਹਿ ਲਓ ਸਮਾਂ ਥੋੜਾ, ਗੱਲ ਕੁਝ ਬਹੁਤੀ ਕਹਿਣੀ ਖਾਲਸਾ ਦੀ। ਇਹਦੇ ਵੀਰ ਜ਼ੋਰ ਲਾ ਲਾ ਕੇ ਥੱਕ ਗਏ, ਉਲਟੇ ਗੁਰੂ ਕੀ ਸੰਗਤ ਪਾਤਸ਼ਾਹ ਦੇ ਚਰਨਾਂ ਦੇ ਢਹਿ ਪਏ ਸਨ। ਮਾਧੋ ਦਾਸ ਦੇ ਸੇਵਕਾਂ ਨੇ ਜਿੱਥੇ ਬੰਦਾ ਸੈਰ ਕਰਨ ਵਾਸਤੇ ਗਿਆ ਸੀ, ਜਾ ਕੇ ਆਖਿਆ, ਮਹਾਰਾਜ ਅੱਜ ਕੋਈ ਅਨੋਖੇ ਮਹਾਂਪੁਰਸ਼ ਆਏ ਨੇ, ਆਪ ਜੀ ਦੇ ਮੰਜਾ ਸਾਹਿਬ ਤੇ ਚੌਂਕੜਾ ਮਾਰ ਕੇ ਬੈਠੇ ਨੇ, ਤੁਹਾਡੇ ਵੀਰਾਂ ਦੀ ਕੋਈ ਪੇਸ਼ ਨਹੀਂ ਗਈ। ਬੰਦਾ ਸਿੰਘ ਕਾਲੀ ਕਾਲੀ ਆਇਆ, ਮਾਫ ਕਰਨਾ, ਉੱਥੇ ਪੁੱਜਾ ਖਾਲਸਾ ਜੀ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਇਹਦੇ ਮੰਜੇ ਤੇ ਬੈਠੇ ਨੇ। ਸੰਤਨਾ ਵਰਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਪ ਸਮਾਨੀ। ਬੰਦਾ ਪਹਿਲਾਂ ਤਾਂ ਗੁਰੂ ਕੀ ਸੰਗਤ ਗੁਰੂ ਸਾਹਿਬ ਦੀ ਪਰਵਾਹ ਨਹੀਂ ਕੀਤੀ, ਆਇਆ ਤੇ ਲੱਗਾ ਆਪਣੀਆਂ ਸ਼ਕਤੀਆਂ ਕਰਾਂ ਮਾਤਾ ਨੂੰ ਵਰਤਨ ਵੀਰਾਂ ਨੂੰ। ਇਹਨੇ ਬੜਾ ਜ਼ੋਰ ਲਾਇਆ ਕਿ ਇਹਦੇ ਵੀਰ ਗੁਰੂ ਸਾਹਿਬ ਦਾ ਪਲੰਘਾ ਜਿਸ ਪਲੰਘੇ ਸਾਹਿਬ ਤੇ ਬੈਠੇ ਸਨ ਉਸ ਪਲੰਘਾ ਸਾਹਿਬ ਨੂੰ ਉਲਟਾ ਦੇਣ। ਬੰਦੇ ਦੇ ਵੀਰ ਉਲਟੇ ਬੰਦੇ ਨੂੰ ਮਾਰਨ ਵਾਸਤੇ ਪੈ ਗਏ। ਬੰਦਾ ਜਦੋਂ ਇਹਦੀ ਪੇਸ਼ ਨਾ ਗਈ ਤਾਂ ਢਹਿ ਪਿਆ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ, ਚਰਨਾਂ ਤੇ ਢਹਿ ਕੇ ਉੱਚੀ ਉੱਚੀ ਰੋਈ ਜਾਂਦਾ। ਇਹ ਗੱਲ ਇੱਥੇ ਕਹੀ ਸੀ ਕਿਹੜੀ, ਜਿਹੜੀ ਗੱਲ ਦਾ ਜ਼ਿਕਰ ਕੀਤਾ ਕਿ ਬੜੇ ਬੜੇ ਜੋਗੀ ਜਤੀ ਸੁਨਿਆਸੀ ਉਦਾਸੀ ਬੈਠੇ ਸਨ ਖਾਲਸਾ ਦੀ, ਕਹਦੇ ਵਾਹਿਗੁਰੂ। ਬੰਦਾ ਗੁਰੂ ਸਾਹਿਬ ਦੇ ਚਰਨਾਂ ਤੇ ਇਹ ਮਾਧੋ ਦਾਸ ਢਹਿ ਪਿਆ ਸੀ, ਰੋਈ ਜਾਂਦਾ ਰੋਈ ਜਾਂਦਾ। ਪਾਤਸ਼ਾਹ ਨੇ ਪੁੱਛਿਆ ਸੀ, 15-20 ਮਿੰਟ ਦਾ ਸਮਾਂ ਗੁਜ਼ਰਿਆ ਤੇ ਆਖਿਆ ਬਚ ਕਰ ਹੁਣ ਰੋਈ ਜਾਂਦਾ ਕੌਣ ਹੈ ਤੂੰ? ਇਹਨੇ ਆਖਿਆ ਸੀ, ਪਾਤਸ਼ਾਹ ਮੈਂ ਬੰਦਾ ਨਾ ਸੀ ਇਹਦਾ ਭਾਵੇਂ ਖਾਲਸਾ ਦੀ ਮਾਧੋ ਦਾਸ। ਇਹਨੇ ਆਖਿਆ, ਪਾਤਸ਼ਾਹ ਮੈਂ ਬੰਦਾ। ਗੁਰੂ ਸਾਹਿਬ ਕਹਿੰਦੇ ਨੇ, ਜੇ ਬੰਦਾ ਤਾਂ ਬੰਦਾ ਬਣ, ਜੇ ਬੰਦਾ ਤਾਂ ਬੰਦਿਆਂ ਵਾਲੇ ਕੰਮ ਕਰ। ਬੰਦੇ ਆ ਬੰਦੇ ਇਹੋ ਜਿਹੇ ਕੰਮ ਕਰਦੇ ਹੁੰਦੇ ਨੇ, ਬਣ ਬੰਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਜੀ ਕਿਹਦਾ ਬੰਦਾ? ਕਹਿੰਦਾ ਸੀ, ਪਾਤਸ਼ਾਹ ਮੈਂ ਤੇਰਾ ਬੰਦਾ, ਤੇਰਾ ਬੰਦਾ। ਗੁਰੂ ਸਾਹਿਬ ਲੱਗੇ ਕਰ, ਬੰਦਿਆਂ ਉਹ ਇੱਕ ਪਾਸੇ ਭਾਰਤ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਉਹ ਦੂਜੇ ਪਾਸੇ ਤੇਰੀ ਹੀਰੇ ਵਰਗੀ ਜਵਾਨੀ, ਇਹ ਸਵਾ ਖੇਤ ਰਾਖ ਮਲਣ ਵਾਸਤੇ ਨਹੀਂ ਹੋਏ। ਸੂਰਮੇ ਸਰੀਰ ਤੇ ਸਵਾ ਨਹੀਂ ਮਲਦਾ, ਸੂਰਮੇ ਸਰੀਰ ਦੇ ਉੱਤੇ ਮਦਾਨਾ ਯੱਗ ਦੇ ਵਿੱਚ ਜੂਝਦਾ ਵਾ। ਜਦੋਂ ਸੂਰਮਿਆਂ ਦੇ ਸਰੀਰ ਦੇ ਵਿੱਚੋਂ ਖੂਨ ਤੇ ਚਰਬੀ ਨਿਕਲਦੀ ਹੈ, ਖੂਨ ਤੇ ਚਰਬੀ ਦੀ ਚਰਬੀ ਰੂਪੀ ਸੂਰਮੇ ਆਪਣੇ ਸਰੀਰ ਦੇ ਉੱਤੇ ਰਾਖ ਮਲਿਆ ਕਰਦੇ ਨੇ। ਬਣੋ ਬੰਦਾ, ਬੰਦਿਆਂ ਬੰਦਿਆਂ ਬਣ ਬੰਦਾ। ਬੰਦਾ ਕਹਿੰਦਾ, ਮੈਂ ਤੇਰਾ ਬੰਦਾ, ਤੇਰਾ ਬੰਦਾ। ਆਖਿਆ ਸੀ, ਬੰਦਿਆਂ ਮੇਰਾ ਬਣਨ ਵਾਲਿਆਂ ਨੂੰ ਬੰਦ ਬੰਦ ਕਟਾਉਣਾ ਪੈਂਦਾ, ਬੰਦਿਆਂ ਮੇਰਾ ਬਣਨ ਵਾਲਿਆਂ ਨੂੰ ਖੋਪਰ ਨਵਾਉਣੇ ਪੈਂਦੇ ਨੇ, ਬੰਦਿਆਂ ਮੇਰਾ ਬਣਨਾ ਮੁਸ਼ਕਿਲ ਹੈ। ਆਖਿਆ, ਪਾਤਸ਼ਾਹ ਕਰੋ ਕਿਰਪਾ। ਬੰਦਾ ਵਾਰ ਵਾਰ ਕਹੀ ਜਾਂਦਾ ਸੀ, ਤੇਰਾ ਬੰਦਾ ਜੀ, ਤੇਰਾ ਬੰਦਾ ਜੀ, ਜਾ ਤੇਰਾ। ਤੇਰਾ ਬੰਦਾ, ਜਾ ਤੇਰਾ।
ਸੋਧਣਾ
ਸਡੌਰਾ ਫਤਿਹ ਕਰਨਾ ਬੰਦਾ ਤਿਆ ਸਡੌਰੇ ਨੂੰ ਫਤਿਹ ਕਰਨ ਤੋਂ ਬਾਅਦ ਬੰਦਾ ਤਿਆ ਸਰਹੰਦ ਜਾ ਕੇ ਵਜੀਦਾ ਖਾਨ ਨੂੰ ਮਾਰ ਕੇ ਮਾਫ ਕਰਨਾ ਸਾਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ। ਬਾਬਾ ਬੰਦਾ ਸਿੰਘ ਨੇ ਆਖਿਆ ਸੀ ਪਾਤਸ਼ਾਹ ਮਸਲਾ ਸੰਢੌਰੇ ਤੇ ਸਰਹੰਦ ਦਾ, ਇਹਨਾਂ ਪੰਜ ਤੀਰਾਂ ਤੇ ਪੰਜਾਂ ਸਿੰਘਾਂ ਨਾਲ ਕੀ ਕਰਾਂਗਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਸੀ ਬੰਦਾ ਸਿਆ ਉਹ ਤੇਰਾ ਤਾਂ ਨਾ ਹੀ ਕਰਨਾ, ਉਹ ਬੰਦਾ ਤਿਆ ਉਹ ਜਿਹੜੀਆਂ ਰੂਹਾਂ ਨੇ ਕੰਮ ਕਰਨਾ, ਜਿਹੜੀਆਂ ਰੂਹਾਂ ਨੇ ਕੰਮ ਕਰਨਾ ਉਹ ਰੂਹਾਂ ਹੋਰ ਨੇ। ਬੰਦਾ ਸਿੰਘ ਲੱਗਾ ਕਰ ਪਾਤਸ਼ਾਹ ਰੂਹਾਂ ਕਿੱਥੇ ਨੇ, ਉਹ ਰੂਹਾਂ ਕਿਹੜੀਆਂ ਨੇ, ਉਹ ਰੂਹਾਂ ਕਿੱਥੇ ਨੇ, ਉਹ ਕਿੱਥੇ ਨੇ ਰੂਹਾਂ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਸੀ ਬੰਦਾ ਤਿਆ ਆਕਾਸ਼ ਵੱਲ ਝਾਤੀ ਮਾਰ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਕਾਸ਼ ਵੱਲ ਝਾਤੀ ਮਾਰੀ, ਬੰਦਾ ਸਿੰਘ ਬਹਾਦਰ ਕੀ ਦੇਖਦਾ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘਾਂ ਤੇ ਸ਼ਹੀਦਾਂ ਦੀਆਂ ਫੌਜਾਂ ਤਿਆਰ ਬਰ ਤਿਆਰ ਖੜੀਆਂ ਸਨ। ਉਹ ਕਹਿ ਰਹੀਆਂ ਸਨ ਬੰਦਾ ਸਿਆ ਇੱਕ ਵਾਰੀ ਪੰਜਾਬ ਤੇ ਚੱਲ ਆਏ, ਜੇ ਫੜ ਕੇ ਸਢੌਰੇ ਤੇ ਸਰਹੰਦ ਦੀ ਇੱਟ ਨਾ ਖੜਕਾਤੀ ਤੇ ਸਾਨੂੰ ਸਿੰਘਾਂ ਸ਼ਹੀਦਾਂ ਦੀਆਂ ਫੌਜਾਂ ਕੌਣ ਆਖੇਗਾ ਖਾਲਸਾ ਦੀ। ਇੱਥੋਂ ਬੜੀਆਂ ਬਖਸ਼ਿਸ਼ਾਂ ਕਰਕੇ ਭੇਜੇ ਆ, ਇੱਥੋਂ ਬੜੀਆਂ ਬਖਸ਼ਿਸ਼ਾਂ ਦੇ ਕੇ ਭੇਜੇ ਆ। ਬੰਦਿਆ ਪੰਥ ਦਾ ਸੇਵਾਦਾਰ ਬਣੀ, ਉਹ ਬੰਦਿਆ ਪੰਥ ਤੋਂ ਬੇਮੁਖ ਨਾ ਹੋ ਜਾਈ, ਬੰਦਿਆ ਪੰਥ ਦੇ ਫਟਕਾਰੇ ਨੂੰ ਕਿਤੇ ਥਾਂ ਨਹੀਂ ਮਿਲਦੀ, ਬੰਦਿਆ ਗੁਰੂ ਨਾ ਕਹਾਣੀ, ਬੰਦਿਆ ਗੱਦੀ ਲਾ ਕੇ ਨਾ ਬਹੀ। ਬੜਾ ਬੜਾ ਬਚਨ ਕੀਤਾ ਸਨ, ਬੰਦਾ ਆਇਆ ਹੱਥ ਦੇ ਪਾਣੀ ਮੰਗੋ ਖਾਲਸਾ ਦੀ ਜਬਲਗ ਖਾਲਸਾ ਰਹੇ ਨੀ ਆ ਰਹਾ ਤਬਲਗ ਸਾਧੂ ਕੋਈ ਅੱਗੇ ਨਾ ਵਧਿਆ। ਖਾਲਸਾ ਦੀ ਮੰਦਰ ਢਾਏ ਗਏ, ਮੰਦਰਾਂ ਦੇ ਵਿੱਚ ਮੂਰਤੀਆਂ ਢਾਈਆਂ ਗਈਆਂ, ਰਾਮ ਦਾ ਨਾਮ ਜਪਣ ਵਾਲਿਆਂ ਦੀਆਂ ਜਬਾਨਾਂ ਖਿੱਚੀਆਂ ਜਾਂਦੀਆਂ, ਕਤਲ ਕੀਤਾ ਜਾਂਦਾ ਖਾਲਸਾ ਦੀ। ਪਰ ਭਾਈ ਸਾਹਿਬ ਫਰਮਾਉਂਦੇ ਨੇ ਇਹੋ ਜਿਹੇ ਸਮੇਂ ਵਿੱਚ ਕੋਈ ਅੱਗੇ ਨਾ ਵਧਿਆ, ਇਹੋ ਜਿਹੇ ਹਾਲਾਤਾਂ ਨੇ। ਭਾਈ ਸਾਹਿਬ ਫਰਮਾਉਂਦੇ ਨੇ ਇੱਕ ਅਗੰਬੜਾ ਮਰਦ ਪ੍ਰਗਟ ਕੀਤਾ ਖਾਲਸਾ ਦੀ, ਦੱਸੇ ਨੇ ਵਾਹ ਪ੍ਰਗਟਿਓ, ਵਾਹ ਪ੍ਰਗਟਿਓ ਭਾਈ ਸਭ ਕਹਿੰਦੇ ਪ੍ਰਗਟਿਓ ਕੀ ਮਰਦ ਵੀ ਇੱਕੋ ਅਗੰਬੜਾ ਅਨੋਖਾ ਨਿਰਾਲਾ, ਵਾਹ ਪ੍ਰਗਟਿਓ ਮਰਦ ਅਗੰਬੜਾ, ਮਰਦ ਅਗੰਬੜਾ ਅੱਗੇ ਕਿਹਾ ਵਾਹ ਪ੍ਰਗਟਿਓ ਮਰਦ ਅਗੰਬੜਾ ਬਰੀਆਮ ਸੂਰਮਾ ਯੋਧਾ, ਮਰਦ ਵੀ ਅਗੰਬੜਾ ਵੀ ਬਰੀਆਮ ਸੂਰਮਾ ਵੀ। ਅੱਗੇ ਕਹਿਤਾ ਮਤ ਕਰਨਾ ਅਕੇਲਾ, ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਸੌ ਨਹੀਂ, ਪਰ ਕਹਿੰਦੇ ਅਕੇਲਾ